इंडस्ट्री भी देख रहे सारे दर्शकों का बहुत बहुत स्वागत। तो दोस्तों 34वीं सिख गेम्स जिहड़ियां कि बहुत मशहूर ने, ईवन सिर्फ आस्ट्रेलिया दे विच नहीं सारे वर्ल्ड दे विच, शायद एडे बड़े लैवल दे उत्ते कितें भी ना हुंदियां होण, लोकल लैवल दे उत्ते भी नहीं ते नैशनल लैवल दे उत्ते भी नहीं, पर आस्ट्रेलिया ने नामना खटिया कि इत्थे बहुत बड़ियां गेम्स हुंदियां, पूरी दुनिया दे विच इस दे मुद्दे दे उत्ते चर्चा भी हुंदी आ, इहदे विच साडा भाईचारा एका जिहड़ा उह भी दिसदा। पर इस गेम्स नू, इस बहुत बड़े मिशन नू कामयाब करन दे लई एक बहुत बड़ी कमेटी की मेहनत पिछे काम करती है। ये वो लोग ने जिहड़े कि हुण तो तैयारियां बिढ़ के बैठे ने, भावें कि 2-3 महीने तो काम कर रहे हैं, अजे होर 1-1.5 महीना इन्होंने काम करना, गेम्स पूरियां होण तो बाद भी सारा जिहड़ा इन्हां दा काम आ वो चलदा रहना आ। बहुत बधाई दे पात्रे लोग हुंदे ने ते अज असीं इंडोस टीवी दे जरिए उन्हां लोकां नूं तुहाडे अगे रूबरू कर रहे हैं ते उन्हां दे नाल अज गल्लां बातां करांगे कि एड्डा वड्डा जिहड़ा एक खेडां दा कुंभ लगदा है वो किस तरीके दे नाल काम करदा है, तां कि असीं लोकां तक इनफॉर्मेशन पहुँचाइए। तो अज इस वार दीआं जिहड़ियां गेम्स आ जिहड़ियां कि हर वार एक डिफरेंट सिटी दे विच हुंदियां ने, पिछले 2 सालों तो ये थोड़ा कोविड करके प्रभावित हुई ने, पर्थ दे विच नहीं करवा पाए, तो पिछली बार लोकल लैवल दे उत्ते गेम्स हुई, पर इस बार बहुत खुशी की गल है कि 2 सालों के बाद कौफ साहब जिहड़ा कि बहुत मशहूर है कि पंजाब दीआं जिहड़ीआं गेम्स आ उहो जिही विरासत उहो जिहा सभ्याचार इत्थे पेश कीता जांदा, वख-वख वनगियां तुहाडे अगे आउंदियां ने। तो अज असीं कौफ साहब पर आए हुए हैं जिथे गेम्स जिहड़ीआं इस साल अप्रैल ईस्टर दे विच होण जा रही आ, ते अज सारी कमेटी ਤੁਹਾਡੇ ਅੱਗੇ ਪ੍ਰੈਜ਼ੈਂਟ ਹੈ ਅਤੇ ਉਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸੈਕਟਰੀ ਸਾਹਿਬ ਆਉਣਗੇ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਲੱਖਣ ਸਿੰਘ ਛੇਤਰਾ ਜੀ। ਸੁਲੱਖਣ ਸਿੰਘ ਛੇਤਰਾ ਜੀ, ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਹੈ। ਛੇਤਰਾ ਸਾਹਿਬ, ਸਭ ਤੋਂ ਪਹਿਲਾਂ ਸਾਡੇ ਦੋਸਤਾਂ ਨੂੰ ਦੱਸੋ ਕਿ ਬਹੁਤ ਵੱਡਾ, ਜਿੱਦਾਂ ਮੈਂ ਦੱਸਿਆ ਕਿ ਬਹੁਤ ਵੱਡਾ ਇੱਕ ਖੇਡਾਂ ਦਾ ਖੁੰਬ ਆ, ਕਿਹੋ ਜਿਹੀਆਂ ਤਿਆਰੀਆਂ ਤੁਹਾਡੀਆਂ ਚੱਲ ਰਹੀਆਂ? ਤਿਆਰੀਆਂ ਤਾਂ ਜੀ ਕਾਫੀ ਦੇਰ ਤੋਂ ਚੱਲ ਰਹੀਆਂ, ਬਹੁਤ ਵਧੀਆ ਤਿਆਰੀਆਂ ਸਾਰੀਆਂ ਕੀਤੀਆਂ ਹੋਈਆਂ ਹੈ, ਸਾਰੇ ਸਟੇਡੀਅਮ ਵਗੈਰਾ ਜੋ ਵੀ ਗਰਾਊਂਡਾਂ ਹੈਗੀਆਂ ਸਾਰੀਆਂ ਅਸੀਂ ਬੁੱਕ ਕੀਤੀਆਂ ਹੈਗੀਆਂ, ਸਾਰੇ ਬਹੁਤ ਵਧੀਆ ਤਿਆਰੀਆਂ ਚੱਲ ਰਹੀਆਂ ਜੀ। ਅਤੇ ਸੈਕਟਰੀ ਸਾਹਿਬ ਖਾਸ ਤੌਰ ਦੇ ਉੱਤੇ ਉਹਨਾਂ ਦਾ ਕੰਮ ਹੁੰਦਾ ਹੈ ਕਿ ਅਸੀਂ ਕਮਿਊਨੀਕੇਸ਼ਨ ਕਰਨਾ, ਕਿਉਂਕਿ ਵੱਖ ਵੱਖ ਸ਼ਹਿਰਾਂ ਦੇ ਵਿੱਚ ਆਏ ਹੋ, ਮੈਲਬੋਰਨ ਆ ਕੌਫ ਸਾਹਿਬ, ਆਪਣੇ ਬ੍ਰਿਸਬੇਨ, ਸਿਡਨੀ, ਮੈਲਬੋਰਨ, ਜਿੱਥੇ ਵੀ ਹੈਗੇ ਆ, ਕਿਹੋ ਜਿਹਾ ਕਮਿਊਨੀਕੇਸ਼ਨ ਤੁਹਾਡਾ ਚੱਲ ਰਿਹਾ ਟੀਮਾਂ ਦੇ ਨਾਲ? ਕਿੰਨੀਆਂ ਕੁ ਟੀਮਾਂ ਜਿਹੜੀਆਂ ਹੁਣ ਤੱਕ ਤੁਹਾਡੇ ਨਾਲ ਰਾਬਤਾ ਕਾਇਮ ਕਰ ਚੁੱਕੀਆਂ, ਜਾਂ ਕੀ ਕਹਿਣਾ ਚਾਹੋਗੇ ਕਿ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਰਾਬਤਾ ਕੀਤਾ ਜਾ ਸਕਦਾ, ਜਿਹੜੇ ਕਿ ਸ਼ਮੂਲੀਅਤ ਕਰਨੀ ਚਾਹੁੰਦੀਆਂ ਨੇ ਟੀਮਸ ਦੇ ਤੌਰ ਦੇ ਉੱਤੇ? ਉਹਦਾ ਐਨਸਿਕ ਦੀ ਹੈਗੀ ਆ ਜੀ ਵੈਬਸਾਈਟ, ਉਹਦੇ ਉੱਤੇ ਜਾ ਕੇ ਟੀਮਾਂ ਸਾਰੀਆਂ ਐਂਟਰ ਕਰਦੀਆਂ, ਜਿਹੜਾ ਕਿ ਜਿਹੜੀ ਡੇਟ ਅਸੀਂ 28 February ਰੱਖੀ ਹੈ ਲਾਸਟ ਡੇਟ, ਅਤੇ ਉਹ ਤੋਂ ਪਹਿਲਾਂ ਹੁਣ ਵੀ ਬਹੁਤ ਸਾਰੀਆਂ ਟੀਮਾਂ ਐਂਟਰ ਹੋ ਚੁੱਕੀਆਂ, ਅਤੇ ਆਲ ਓਵਰ ਆਸਟ੍ਰੇਲੀਆ, ਈਵਨ ਨਿਊਜ਼ੀਲੈਂਡ ਤੋਂ ਵੀ ਕੁਛ ਟੀਮਾਂ ਆਉਣ ਦੀ ਸੰਭਾਵਨਾ ਹੈਗੀ ਹੈ, ਉਹਨਾਂ ਨਾਲ ਵੀ ਸਾਡਾ ਗੱਲਬਾਤ ਚੱਲ ਰਹੀ ਹੈ ਜੀ। ਅਤੇ ਬਹੁਤ ਵਧੀਆ। ਅਤੇ ਹੁਣ ਸਾਡੇ ਨਾਲ ਦੋਸਤੋ ਆਉਣਗੇ ਵਾਈਸ ਪ੍ਰੈਜ਼ੀਡੈਂਟ ਸਾਹਿਬ, ਅਤੇ ਉਹ ਵੀ ਸਾਡੇ ਨਾਲ ਗੱਲਬਾਤ ਕਰਨਗੇ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸੋ? ਹਰਿੰਦਰ ਸਿੰਘ ਸੋਹੀ ਜੀ। ਜੀ ਹਰਿੰਦਰ ਸਿੰਘ ਸੋਹੀ ਸਾਹਿਬ, ਤੁਹਾਡਾ ਵੀ ਇੰਡੋਸ ਟੀਵੀ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਹਾਂ ਜੀ। ਅਤੇ ਸੋਹੀ ਸਾਹਿਬ, ਤਿਆਰੀਆਂ ਦੇ ਬਾਰੇ ਇਹਨਾਂ ਨੇ ਦੱਸਿਆ, ਅਤੇ ਇਸ ਵਾਰ ਕਿਹੜੀਆਂ ਕਿਹੜੀਆਂ ਜਿਹੜੀਆਂ ਟੀਮਸ ਆ ਇੱਥੇ ਆ ਰਹੀਆਂ, ਕਿਹੜੀਆਂ ਕਿਹੜੀਆਂ ਖੇਡਾਂ ਇੱਥੇ ਹੋ ਰਹੀਆਂ ਆ? ਹਾਂਜੀ, ਆਪਾਂ ਉਹ ਤੋਂ ਪਹਿਲਾਂ ਨਾ ਕਿ ਸਾਡੇ ਪੁਰਾਣੇ ਜਿੱਦਾਂ ਬਜ਼ੁਰਗ ਜਾਂ ਸਾਡੇ ਪੁਰਾਣੇ ਜਿਨ੍ਹਾਂ ਨੇ ਇਹ ਗੇਮਾਂ ਸ਼ੁਰੂ ਕੀਤੀਆਂ ਅੱਜ ਤੋਂ 34 ਸਾਲ ਪਹਿਲਾਂ ਨਾ, ਇਹ ਬਹੁਤ ਲੰਮੀਆਂ ਗੇਮਾਂ ਆ, ਬਹੁਤ ਦੇਰ ਤੋਂ ਚੱਲ ਰਹੀਆਂ, ਮੇਰੇ ਖਿਆਲ ਇੱਦਾਂ ਹੋਰ ਕਿਸੇ ਦੁਨੀਆ ਦੇ ਵਿੱਚ ਨਹੀਂ ਹੋ ਰਹੀਆਂ। ਉਹਨਾਂ ਸਾਰੇ ਸਾਡੇ ਜਿੱਦਾਂ ਨਾ ਪੁਰਾਣੇ ਬਜ਼ੁਰਗਾਂ ਦਾ, ਸਾਡੇ ਬੜੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੇ ਲੰਮੇ ਟਾਈਮ ਤੋਂ ਇਹਨਾਂ ਨੂੰ ਕੈਰੀ ਕੀਤਾ। ਅਤੇ ਜਿਹੜੀ ਆਪਾਂ ਗੇਮਾਂ ਦੇ ਬਾਰੇ ਗੱਲ ਕਰਦੇ ਸੀ, ਜਿਸ ਤੋਂ ਪਹਿਲਾਂ ਕਬੱਡੀ, ਰੱਸਾਕਸ਼ੀ, ਹਾਕੀ, ਨੈੱਟਬੋਲ, ਬਾਸਕਟਬੋਲ, ਵਾਲੀਬੋਲ, ਅਤੇ ਕ੍ਰਿਕਟ, ਅਤੇ ਸੌਕਾ, ਅਤੇ ਟੱਚ ਫੁੱਟਬੋਲ, ਅਤੇ ਅਥਲੈਟਿਕ, ਅਤੇ ਇਹਦੇ ਨਾਲ ਕਲਚਰਲ ਇਵੈਂਟ ਵੀ ਹੋਣਗੇ ਜਿਹਦੇ ਵਿੱਚ ਗਿੱਧਾ, ਭੰਗੜਾ, ਹਾਂਜੀ ਹੋਰ ਵੀ ਬਹੁਤ ਇਵੈਂਟ ਹੋਣਗੇ ਇੱਥੇ ਜੀ। ਸੋਹੀ ਸਾਹਿਬ, ਗੇਮਸ ਜਿੱਥੇ ਸਿੱਖ ਖੇਡਾਂ ਵੀ ਹੁੰਦੀਆਂ ਨਾਲ ਦੀ ਨਾਲ, ਇੱਕ ਸੱਭਿਆਚਾਰ ਵਿਰਾਸਤ ਵੀ ਸਾਡੀ ਦਿਖਾਈ ਜਾਂਦੀ ਆ, ਉਹਦੇ ਵਿੱਚ ਕਿਹੜੇ ਕਿਹੜੇ ਜਾਣੀ ਸੱਭਿਆਚਾਰਕ ਵਨਗੀਆਂ ਇੱਥੇ ਹੋ ਰਹੀਆਂ ਆ, ਅਤੇ ਕੀ ਪ੍ਰੋਗਰਾਮ ਹੈ ਉਹਦਾ, ਸੱਭਿਆਚਾਰਕ ਪ੍ਰੋਗਰਾਮ? ਇੱਕ ਤਾਂ ਸਭ ਤੋਂ ਪਹਿਲਾਂ ਨਾ 3 ਦਿਨ ਫਰਾਈਡੇ, ਸੈਚਰਡੇ, ਸੰਡੇ ਬਾਹਰ ਸਟੇਡੀਅਮ ਦੇ ਨਾਲ ਹੀ ਨਾ ਇੱਥੇ ਸਟੇਜ ਲੱਗੂਗੀ, ਜਿਹਦੇ 'ਤੇ ਜੇ ਕਿਸੇ ਨੇ ਗਾਉਣਾ ਜਾਂ ਗਿੱਧਾ
ਭੰਗੜਾ ਹੋਰ ਕੋਈ ਸਕਿੱਟ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਨਾਟਕ ਜਾਂ ਕੁਛ ਵੀ ਕਰਨਾ ਨਾ ਉਹ ਤਿੰਨੇ ਦਿਨ ਸਟੇਜ ਇੱਥੇ ਚੱਲੂਗੀ ਸਟੇਡੀਅਮ ਦੇ ਬਿਲਕੁਲ ਬਾਹਰਲੇ ਪਾਸੇ ਉਹਦੇ 'ਤੇ ਸਾਰੇ ਤਿੰਨੇ ਹੀ ਦਿਨ ਇੱਦਾਂ ਹੀ ਕੰਮ ਚੱਲੂਗੇ ਜੀ। ਤੇ ਇਸ ਤੋਂ ਇਲਾਵਾ ਕੋਈ ਹੋਰ ਗਾਇਕ ਕੋਈ ਕਿਉਂਕਿ ਨੋਰਮਲੀ ਇਹ ਵੀ ਸੁਣ ਚ ਆਇਆ ਵੀ ਤੁਹਾਡੀ ਗੱਲਬਾਤ ਚੱਲਦੀ ਆ ਕੋਈ ਕਲਾਕਾਰ ਸਾਡੇ ਨਾ ਪ੍ਰਧਾਨ ਸਾਹਿਬ ਗੁਰਦਿਆਲ ਸਿੰਘ ਜੀ ਰਾਏ ਤੁਹਾਨੂੰ ਉਹਦੇ ਬਾਰੇ ਥੋੜ੍ਹਾ ਜਿਹਾ ਨਾ ਚਾਨਣਾ ਪਾਉਂਗਾ। ਠੀਕ ਹੈ ਅਤੇ ਗੁਰਦਿਆਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸਲਾਮ ਕਰਦੇ ਹਾਂ ਤੁਹਾਡੀ ਸਾਰੀ ਟੀਮ ਨੂੰ ਕਿ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ। ਸਭ ਤੋਂ ਪਹਿਲਾਂ ਤਾਂ ਇਹੋ ਜਿਹਾ ਦੱਸੋ ਵੀ ਟਾਇਰਡ ਤਾਂ ਨਹੀਂ ਹੋ ਗਿਆ ਵੀ ਕੰਮ ਵੀ ਕਰ ਰਹੇ ਹਾਂ ਜਾਂ ਕਿੰਨੇ ਕੁ ਜ਼ਿਆਦਾ ਜੋਸ਼ ਦੇ ਵਿੱਚ? ਨਹੀਂ ਨਹੀਂ ਕੰਮ ਪੂਰੇ ਜੋਸ਼ਾਂ ਦੇ ਨਾਲ ਚੱਲ ਰਿਹਾ ਜੀ ਅਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਇੰਡੋਜ਼ ਟੀਵੀ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਜਿਹੜਾ ਕਿ ਤੁਸੀਂ ਬ੍ਰਿਜਸਟੋਨ ਤੋਂ ਚੱਲ ਕੇ ਸਾਡੇ ਇਹਨਾਂ ਸਟੇਡੀਅਮ ਦੇ ਵਿੱਚ ਪਹੁੰਚੇ ਹਾਂ ਅਤੇ ਕੰਮ ਸਾਰਾ ਜ਼ੋਰੋਂ ਚੱਲਦਾ ਜੀ ਜ਼ੋਰਾਂ 'ਤੇ ਪੂਰਾ ਤਿਆਰੀਆਂ ਪੂਰੀਆਂ ਮੁਕੰਮਲ ਆ ਅਤੇ ਬਾਕੀ ਸਭ ਠੀਕ ਹੈ ਜੀ। ਖੈਰ ਚਲੋ ਸੋਹੀ ਸਾਹਿਬ ਹੁਣ ਦੇ ਨਾਲੇ ਕੁਐਸਚਨ ਤੋਂ ਆਪਾਂ ਗੱਲ ਕਰਦੇ ਹਾਂ ਕਿ ਕਲਾਕਾਰ ਬਹੁਤ ਇਹ ਇੱਕ ਸਾਡੀ ਸ਼ੌਕੀਨੀ ਦਾ ਹਿੱਸਾ ਆ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਗਾਇਕ ਦੇਖੀਏ ਭਾਵੇਂ ਕਿ ਯੂਟਿਊਬ ਵਗੈਰਾ ਹੁਣ ਆ ਗਏ ਆ ਪਰ ਰੂਬਰੂ ਅਜੇ ਵੀ ਹੋਣਾ ਚਾਹੁੰਦੇ ਹਾਂ ਕਿ ਕੋਈ ਵੀ ਕਲਾਕਾਰ ਆਉਂਦਾ ਅਤੇ ਇਸ ਵਾਰ ਕਿੱਥੇ ਤੁਸੀਂ ਸੱਭਿਆਚਾਰਕ ਇਹੋ ਜਿਹਾ ਪ੍ਰੋਗਰਾਮ ਕਰਵਾ ਰਹੇ ਜੀ? ਆਪਣੀਆਂ ਗੇਮਾਂ ਜਿਹੜੀਆਂ ਹੋ ਰਹੀਆਂ 15, 16, 17 April ਨੂੰ ਅਤੇ 16 April ਰੇਸ ਕੋਰਸ ਕੌਫ ਸਾਹਿਬ ਰੇਸ ਕੋਰਸ ਦੇ ਵਿੱਚ ਹਰਜੀਤ ਹਰਮਨ ਅਤੇ ਸੱਜਣ ਅਦੀਬ ਇਹ ਦੋ ਕਲਾਕਾਰ ਸਾਡੇ ਕੋਲ ਪਹੁੰਚ ਰਹੇ ਆ ਅਤੇ ਬਾਕੀ ਸਾਰਿਆਂ ਨੂੰ ਅਪੀਲ ਹੈ ਕਿ ਹੁਮਾ ਹੁਮਾ ਕੇ ਟਿਕਟਾਂ ਲੈ ਕੇ ਤਾਂ ਉੱਥੇ ਪਹੁੰਚਣ ਜੀ। ਅਤੇ ਜਿੱਦਾਂ ਸ਼ੁੱਕਰਵਾਰ ਈਸਟਰ ਨੂੰ ਇਹ ਗੁੱਡ ਫਰਾਈਡੇ ਵਾਲੇ ਦਿਨ ਸ਼ੁਰੂ ਹੋ ਜਾਂਦੀਆਂ ਆ ਅਤੇ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਤੱਕ ਮੁਕੰਮਲ ਹੁੰਦੀਆਂ ਅਤੇ ਓਪਨਿੰਗ ਸੈਰੇਮਨੀ ਵਗੈਰਾ ਦਾ ਕੀ ਪ੍ਰਬੰਧ ਆ? ਓਪਨਿੰਗ ਸੈਰੇਮਨੀ ਅਸੀਂ ਸ਼ਨੀਚਰਵਾਰ ਨੂੰ 10 ਵਜੇ ਰੱਖੀ ਹੈ ਅਤੇ ਉਹਦੇ ਵਿੱਚ ਆਪਾਂ ਕੋਈ ਆਪਣੇ ਲੋਕਲ ਐਮ ਪੀਸ ਅਤੇ ਉਹ ਆ ਰਹੇ ਆ ਅਤੇ ਹੋਰ ਵੀ ਕਈ ਸੱਦਾਂਗੇ। ਅਤੇ ਸਭ ਤੋਂ ਵੱਡੀ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੋਈ 10,000, 20,000 ਜਾਂ ਇੱਦੂ ਵੀ ਗਿਣਤੀ ਜ਼ਿਆਦਾ ਵੱਧ ਜਾਂਦੀ ਹੈ। ਕੌਫ ਸਰਵਰ ਤਾਂ ਕਾਫੀ ਮਕਬੂਲ ਕਿਉਂਕਿ ਬ੍ਰਿਸਬੇਨ ਤੋਂ ਸਿਡਨੀ ਤੋਂ ਕਾਫੀ ਲੋਕ ਆਉਂਦੇ ਨੇ ਇੱਥੇ। ਬਹੁਤ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਲੰਗਰ ਦੀ ਤਿਆਰੀ ਕਰਨੀ ਪੈਂਦੀ ਆ, ਕਿਹੋ ਜਿਹੀਆਂ ਤਿਆਰੀਆਂ ਆ ਲੰਗਰ ਦੇ ਮਾਮਲੇ 'ਚ? ਦੇਖੋ ਜੀ, ਲੰਗਰ ਦੀਆਂ ਸਾਡੀਆਂ ਪੂਰੀਆਂ ਤਿਆਰੀਆਂ, ਸਾਡੇ ਦੋਨੇ ਗੁਰੂ ਘਰ ਗੁਲਗੁਲਗਾ ਦੇ ਵਿੱਚ ਉਹਨਾਂ ਦੋਨਾਂ ਗੁਰੂ ਘਰਾਂ ਦੇ ਵਿੱਚ ਲੰਗਰ ਤਿਆਰ ਹੋਊਗਾ ਅਤੇ ਤਿਆਰ ਹੋ ਕੇ ਆਪਾਂ ਟਰੱਕਾਂ ਰਾਹੀਂ ਇੱਥੇ ਲੈ ਕੇ ਆਵਾਂਗੇ ਅਤੇ ਨਾਲ ਹੀ ਸਾਡੇ ਲੰਗਰ ਚਾਹ ਦਾ ਪਕੌੜਿਆਂ ਦਾ ਵੀ ਸਾਰਾ ਪ੍ਰਬੰਧ ਕੀਤਾ ਗਿਆ ਅਤੇ ਸਾਰੀ ਸੰਗਤ ਦੇ ਲਈ ਅਸੀਂ ਐਕਸਪੈਕਟ ਕਰਦੇ ਹਾਂ ਕੋਈ 50,000 to 60,000 ਗੈਦਰਿੰਗ ਹੋਊਗੀ 3 ਦਿਨਾਂ ਦੇ ਵਿੱਚ। ਸ਼ਾਇਦ ਜ਼ਿਆਦਾ ਵੀ ਹੋ ਸਕਦੀ ਹੈ ਪਰ ਆਪਾਂ ਹਜੇ ਕਹਿ ਨਹੀਂ ਸਕਦੇ ਕਿਉਂਕਿ 2 ਸਾਲ ਤੋਂ ਇਹ ਖੇਡਾਂ ਹੋ ਨਹੀਂ ਰਹੀਆਂ ਅਤੇ ਸਾਰੇ ਹੀ ਬਲਗੁਰੂਆ ਵਿੱਚ ਤੋਂ ਪਹਿਲਾਂ ਤੋਂ ਹੀ ਬਹੁਤ ਇਹ ਖੇਡ ਮੇਲਾ ਭਰਦਾ ਹੈ ਅਤੇ ਇਸ ਸਾਲ ਤਾਂ ਜ਼ਿਆਦਾ ਉਮੀਦ ਕਰਦੇ ਹਾਂ। ਅਤੇ ਇੱਥੇ ਦੀ ਜਿਹੜੀ ਲੋਕਲ ਕਮਿਊਨਿਟੀ ਆ ਹੈ ਨਾ, ਕਿਉਂਕਿ ਕਾਫੀ ਇੱਥੇ ਤਾਂ ਮੈਂ ਜਦੋਂ ਅਸੀਂ ਆਉਂਦੇ ਹਾਂ ਜਦੋਂ ਵੀ ਹੈ ਨਾ ਬ੍ਰਿਸਬੇਨ ਤੋਂ ਅਤੇ ਇੱਕ ਪਿੰਡ ਵਰਗਾ ਹੀ ਮਾਹੌਲ ਲੱਗਦਾ, ਕਿਹੋ ਜਿਹਾ ਸਹਿਯੋਗ ਮਿਲ ਰਿਹਾ ਇੱਥੇ ਦੀ ਲੋਕਲ ਕਮਿਊਨਿਟੀ ਤੋਂ? ਸਾਡੀ ਸਾਰੀ ਲੋਕਲ ਕਮਿਊਨਿਟੀ ਦਾ ਸਾਨੂੰ ਪੂਰਾ ਸਹਿਯੋਗ ਆ ਜੀ, ਸਾਰੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੇ ਹੋਏ ਆ ਅਤੇ ਬਾਕੀ ਸਾਡਾ ਫੰਡਿੰਗ ਦਾ ਵੀ ਸਾਰਾ ਜੋ ਪ੍ਰਬੰਧ ਹੈ ਜੀ ਬਹੁਤ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ, ਬਹੁਤ ਸਾਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਅਤੇ ਬਹੁਤ ਵਧੀਆ ਗੱਲ ਹੈ ਵੀ ਅਤੇ ਨਾਲ ਦੀ ਨਾਲ ANZ ਕਮੇਟੀ ਅਤੇ ਉਹ ਵੀ ਨਾਲ ਸਾਡੇ ਸਹਿਯੋਗ ਕਰ ਰਹੀ ਆ ਅਤੇ ਉਹਨਾਂ ਦਾ ਕਿਹੋ ਜਿਹਾ ਸਹਿਯੋਗ ਹੈ ਤੁਹਾਡੇ ਨਾਲ? ANZ ਦਾ ਸਾਡੇ ਨਾਲ ਪੂਰਾ ਸਹਿਯੋਗ ਆ ਕਿਉਂਕਿ ਕੋਵਿਡ ਕਰਕੇ ਕਾਫੀ ਲੇਟ ਹੋ ਗਿਆ ਇਹ ਡਿਸੀਜਨ, ਕੋਈ 3 ਹਫ਼ਤੇ ਪਹਿਲਾਂ ਹੀ ਬਣਿਆ ANZ ਨਾਲ ਦਾ, ਅਸੀਂ ਕਾਫੀ ਮੀਟਿੰਗਾਂ ਕਰਕੇ ਅਤੇ ਡਿਸੀਜਨ ਲਿਆ ਕੇ ਗੇਮਾਂ ਕਰਾਉਣੀਆਂ ਆ ਕਿਉਂਕਿ ਸਾਰਾ ਕੁਛ ਖੁੱਲ੍ਹ ਗਿਆ ਅਤੇ ਹਰੇਕ ਮੈਂਸਡੇ ਸਾਡੀ ANZ ਦੇ ਨਾਲ ਮੀਟਿੰਗ ਹੁੰਦੀ ਆ ਅਤੇ ਜੋ ਅਗਲਾ ਪ੍ਰੋਗਰਾਮ ਹੁੰਦਾ ਉਹ ਸਾਨੂੰ ਦੱਸਦੇ ਆ। ਅਤੇ ਨਾਲ ਦੀ ਨਾਲ ਪਾਰਕਿੰਗ ਦਾ ਪਹਿਲਾਂ ਆਪਾਂ ਦੱਸ ਦਈਏ ਕਿ ਹਰ ਇੱਕ ਦੀ ਇਹ ਕਰਿਓਸਟੀ ਬਣੀ ਰਹਿੰਦੀ ਆ ਵੀ ਪਾਰਕਿੰਗ ਦੀ ਕੀ ਪਲੈਨ ਆ ਅਤੇ ਪਾਰਕਿੰਗ ਦੇ ਵੈਸੇ ਤਾਂ ਕਾਫੀ ਇਹ ਵੱਡਾ ਸਟੇਡੀਅਮ ਆ ਕੌਫਸ ਇੰਟਰਨੈਸ਼ਨਲ ਸਟੇਡੀਅਮ ਅਤੇ ਹੋਰ ਪਾਰਕਿੰਗ ਦਾ ਕੀ ਪ੍ਰਬੰਧ ਤੁਸੀਂ ਕੀਤਾ ਇੱਥੇ? ਪਾਰਕਿੰਗ ਦਾ ਸਟੇਡੀਅਮ ਵਿੱਚ ਵੀ ਇੱਧਰਲੇ ਪਾਸੇ ਪਾਰਕਿੰਗ ਹੈਗੀ ਆ ਅਤੇ ਨਾਲ ਕਲੱਬ ਹੈਗਾ ਉੱਧਰ ਪਾਰਕਿੰਗ ਹੈ ਅਤੇ ਨਾਲ ਹੀ ਸਾਡੇ ਕਰੋਸ ਦਾ ਰੋਡ ਦੂਜੇ ਪਾਸੇ ਹਾਈਵੇ ਦੇ ਔਸ ਗਰੁੱਪ ਦੀ ਬਹੁਤ ਵੱਡੀ ਬਿਲਡਿੰਗ ਹੈਗੀ ਆ, ਉਹਦੇ ਵਿੱਚ ਬਹੁਤ ਕਾਰ ਪਾਰਕ ਹੈਗੀ ਆ ਅਤੇ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਆਪਾਂ। ਅਤੇ ਸਭ ਤੋਂ ਜਿਹੜੀ ਸਿੱਖ ਗੇਮਸ ਦੀ ਇੱਕ ਪਛਾਣ ਆ ਉਹ ਹੈਗੀ ਆ ਕਬੱਡੀ, ਅਤੇ ਕਬੱਡੀ ਦੀ ਜੇ ਗੱਲ ਨਾ ਹੋਵੇ ਤਾਂ ਸ਼ਾਇਦ ਸਭ ਕੁਛ ਅਧੂਰਾ ਹੀ ਆ। ਅਤੇ ਕਬੱਡੀ ਦਾ ਜਿਹੜਾ ਸਿਸਟਮ ਆ ਉਹਦੇ ਵਿੱਚ ਤੁਹਾਨੂੰ ਪਤਾ ਆ ਬੜੀ ਚੈਲੇਂਜਿੰਗ ਜੋਬ ਆ ਅਤੇ ਇਸ ਵਾਰ ਦੇ ਕਬੱਡੀ ਦੇ ਕੋਆਰਡੀਨੇਟਰ ਸਾਡੇ ਹੈਗੇ ਆ ਸਾਬੀ ਘੁੰਮਣ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਕਬੱਡੀ ਤੁਹਾਨੂੰ ਪਤਾ ਹੀ ਆ ਬਿਨਾਂ ਕਬੱਡੀ ਤੋਂ ਸਿੱਖ ਗੇਮਾਂ ਪੂਰੀਆਂ ਨਹੀਂ ਹੁੰਦੀਆਂ ਅਤੇ ਕਬੱਡੀ ਦੇ ਲਈ ਬਹੁਤ ਜ਼ਿਆਦਾ ਇੰਟਰਨੈਸ਼ਨਲ ਪਲੇਅਰ ਆ ਰਹੇ ਆ ਸਾਰੀਆਂ ਟੀਮਾਂ ਦੇ ਵਿੱਚ, ਸਾਰੀਆਂ ਟੀਮਾਂ ਵੱਧ ਚੜ ਕੇ ਜ਼ੋਰ ਮਾਰ ਰਹੀਆਂ ਅਤੇ ਕਬੱਡੀ ਤੁਹਾਨੂੰ ਇਸ ਵਾਰ ਬਹੁਤ ਵਧੀਆ ਦਿਖਾਵਾਂਗੇ ਜੀ। ਕਿਆ ਬਾਤ ਆ, ਇਹ ਅਸੀਂ ਉਮੀਦ ਰੱਖਦੇ ਹਾਂ ਕਿਉਂਕਿ ਰੌਲੇ ਤਾਂ ਬਾਕੀ ਗੇਮਸ ਦੇ ਵਿੱਚ ਵੀ ਪੈਂਦੇ ਆ ਉਹ, ਪਰ ਕਬੱਡੀ 'ਚ ਸਵਾਦ ਜਿਹਾ ਵੀ ਨਹੀਂ ਆਉਂਦਾ ਹੈ ਨਾ, ਅਤੇ ਪਹਿਣ 'ਤੇ ਤੁਸੀਂ ਸਵਾਦ ਫਿਰ ਤਾਂ ਹੀ ਆਉਂਦਾ ਜੇ ਮਾੜਾ ਮੋਟਾ ਹੱਲਾ ਗੱਲਾ ਹੋਵੇ ਤਾਂ ਕਬੱਡੀ ਉਹ ਤੋਂ ਬਿਨਾਂ ਚੱਲਦੀ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਅਤੇ ਸਭ ਤੋਂ ਇੱਕ ਮੇਨ ਸਵਾਲ ਹੈਗਾ ਅਤੇ ਆਪਾਂ ਗੁਰਦਿਆਲ ਸਿੰਘ ਜੀ ਪ੍ਰਧਾਨ ਸਾਹਿਬ ਤੋਂ ਹੀ ਪੁੱਛਦੇ ਹਾਂ
ਕਿ ਡਰੱਗ ਦਾ ਮਸਲਾ ਕਿ ਡਰੱਗ ਦੀ ਜਿਹੜੀ ਚੈਕਿੰਗ ਆ ਕਿਉਂਕਿ ਪਿਛਲੇ ਕਾਫੀ ਗੇਮਸ ਤੋਂ ਇਹ ਹੁੰਦੀ ਆ ਇਸ ਵਾਰ ਦਾ ਕੀ ਪ੍ਰਬੰਧ ਆ ਡਰੱਗਸ ਦਾ ਡਰੱਗ ਦਾ ਜੀ ਪੂਰਾ ਪ੍ਰਬੰਧ ਕੀਤਾ ਹੋਇਆ ਡਰੱਗ ਟੈਸਟ ਹੋਣਗੇ ਬਾਕੀ ਜੋ ਡਰੱਗ ਦੀ ਪਾਲਿਸੀ ਹੈਗੀ ਨਾ ਐਨਜੈਕ ਨੇ ਬਣਾਈ ਹੋਈ ਆ ਉਹਨੂੰ ਫੋਲੋ ਕੀਤਾ ਜਾਊਗਾ ਬਹੁਤ ਵਧੀਆ ਅਤੇ ਨਾਲ ਦੀ ਨਾਲ ਹੁਣ ਸਾਡੇ ਨਾਲ ਮਨਜੀਤ ਸਿੰਘ ਸਿੱਧੂ ਸਾਹਿਬ ਵੀ ਹੈਗੇ ਆ ਅਤੇ ਮਨਜੀਤ ਸਿੰਘ ਸਿੱਧੂ ਸਾਹਿਬ ਤੁਹਾਡਾ ਵੀ ਸਵਾਗਤ ਆ ਅਤੇ ਤੁਸੀਂ ਵੀ ਦਿਓ ਕੋਈ ਵਿਚਾਰ ਕੋਈ ਪੁਰਾਣੀ ਆ ਕਿਉਂਕਿ ਕਾਫੀ ਚਿਰ ਹੋ ਗਿਆ ਜੁੜਿਆ ਨੂੰ ਜਿਸ ਤਰ੍ਹਾਂ ਆਪਣੇ ਸੋਹੀ ਸਾਹਿਬ ਤੋਂ ਗੁਰਦਿਆਲ ਹੋਣੀ ਦੱਸਿਆ ਕਿ ਪੁਰਾਣੇ ਜਿਹੜੇ ਬੰਦੇ ਆ ਜਦ ਐਕਚੁਲੀ ਜਿਹੜੂ ਗੇਮਾਂ ਸ਼ੁਰੂ ਹੋਈਆਂ 1980 ਤੋਂ ਲੈ ਕੇ 82 'ਚ ਅਸੀਂ ਸ਼ੁਰੂ ਕੀਤੀਆਂ ਸੀ ਇਹ ਸੀਗਾ ਬੁਲਗੁਲਗਾ ਬ੍ਰਿਸਬਨ ਤਾਂ ਮਲਮੰਬਾ ਇਹ ਉਦੋਂ ਅਸੀਂ ਛੋਟੇ ਜਿਹੇ ਲੈਵਲ 'ਚ ਸ਼ੁਰੂ ਕੀਤੀਆਂ ਸੀ ਅਤੇ ਟਰੋਫੀਆਂ ਵਗੈਰਾ ਜਿੱਦਾਂ ਦਿੰਦੇ ਅਸੀਂ ਉੱਦਾਂ ਹੀ ਕਰਦੇ ਸੀਗੇ ਉਦੋਂ ਮੈਂ ਵੀ ਐਕਟਿਵ ਸੀਗਾ ਖੇਡਦਾ ਹੁੰਦਾ ਸੀਗਾ ਤਾਂ ਰਸ਼ਪਾਲ ਸਿੰਘ ਹੋਣੀ ਵੀ ਸੀਗੇ ਉਦੋਂ ਇਹਨਾਂ ਨੂੰ ਯਾਦ ਹੋਣਾ ਆ ਤਾਂ ਬੜਾ ਇੰਜੋਏ ਕਰਦੇ ਸੀ ਹੁਣ ਜਿੱਦਾਂ ਇਹ ਇੰਨੇ ਬੜੇ ਸਕੇਲ 'ਚ ਹੋ ਗਈਆਂ ਆ ਇਹ ਕੰਟਰੋਲ ਕਰਨੀਆਂ ਬੜੀਆਂ ਔਖੀਆਂ ਹੋ ਰਹੀਆਂ ਤਾਂ ਜਿੰਨਾ ਇਹ ਸਾਡੀ ਕਮੇਟੀ ਨੇ ਇਸ ਵੇਲੇ ਕੀਤਾ ਕੰਮ ਇਹਨੇ ਪੂਰਾ ਜ਼ੋਰ ਲਾਇਆ ਪਿਆ ਆ ਕਿ ਕੋਈ ਕਿਸੇ ਚੀਜ਼ ਦਾ ਘਾਟ ਨਾ ਰਹੇ ਇੱਥੇ ਤਾਂ ਜਿਹੜੀ ਪਬਲਿਕ ਆਉਣਾ ਉਹਨਾਂ ਨੂੰ ਕੋਈ ਇਹ ਨਾ ਪਤਾ ਲੱਗੇ ਕਿ ਅਸੀਂ ਕਿਸੇ ਘੱਟ ਦਾ ਕਿਸੇ ਚੀਜ਼ ਦਾ ਘਾਟਾ ਹੈਗਾ ਇੱਥੇ ਹਰੇਕ ਚੀਜ਼ ਅਵੇਲੇਬਲ ਹੀ ਨਹੀਂ ਕਰਨੀ ਆ ਪਾਣੀ ਤੋਂ ਲੈ ਕੇ ਇੱਕ ਛੋਟੀ ਤੋਂ ਚੀਜ਼ ਤੋਂ ਲੈ ਕੇ ਪਲੇਅਰਾਂ ਤਾਂ ਹੀ ਸਾਰਾ ਕੁਛ ਕਰੂਗੇ ਅਵੇਲੇਬਲ ਇਹ ਤਾਂ ਬਾਕੀ ਸਾਰੀ ਜਿੰਨੀ ਵੀ ਆਪਦੇ ਕਮੇਟੀ ਆਲੇ ਦੁਆਲੇ ਪੰਜ ਸਿੱਖਾਂ ਦੀ ਉਹ ਵੈਲਕਮ ਆ ਸਾਰੇ ਆਉਣ ਇੱਥੇ ਤਾਂ ਗੇਮਾਂ 'ਚ ਹੋਰ ਰੰਗ ਲਾਉਣ ਸਾਡੇ ਤਾਂ ਥੈਂਕ ਯੂ ਸੋ ਮੱਚ ਫੋਰ ਯੂ ਗਾਇਸ ਅਤੇ ਬਹੁਤ ਬਹੁਤ ਧੰਨਵਾਦ ਦੋਸਤੋ ਅਤੇ ਕੌਪ ਸਾਹਿਬ ਪਰ ਇਹ ਮੀਂਹ ਦੀ ਪਛਾਣ ਆ ਇੱਥੇ ਅਤੇ ਮੈਂ ਆਸ ਕਰਦਾ ਵੀ ਇਸ ਵਾਰ ਗੇਮਸ ਵਿੱਚ ਮੀਂਹ ਨਾ ਪਈਆਂ ਇਸ ਕਰਕੇ ਅੱਜ ਹੀ ਅਸੀਂ ਪਵਾ ਲੈਂਦੇ ਹਾਂ ਅਤੇ ਖੈਰ ਮੀਂਹ ਬਹੁਤ ਜ਼ਿਆਦਾ ਹੋ ਜਾਣਾ ਅਤੇ ਆਪਾਂ ਮਿਲਾਂਗੇ ਹੁਣ ਈਸਟਰ ਦੇ ਉੱਤੇ ਅਤੇ ਇੰਡੋਸ ਟੀ ਵੀ ਲਾਈਵ 3 ਦਿਨ ਲਗਾਤਾਰ ਤੁਹਾਨੂੰ ਦਿਖਾਏਗਾ ਜਿਹੜੇ ਵੱਖ ਵੱਖ ਦੇਸ਼ਾਂ ਦੇ ਵਿੱਚ ਪਹੁੰਚਦੇ ਨੇ ਰੇਡੀਓ 4EB ਦੇ ਉੱਤੇ ਅਸੀਂ ਤੁਹਾਨੂੰ ਮਿਲਾਂਗੇ ਅਤੇ ਦੋਸਤੋ ਮਿਲਦੇ ਹਾਂ ਈਸਟਰ ਟਾਈਮ ਦੇ ਉੱਤੇ ਸਿੱਖ ਗੇਮਸ ਦੇ ਨਾਲ ਆਪਣਾ ਖਿਆਲ ਰੱਖਿਓ ਤੰਦਰੁਸਤ ਰਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ